ਵੀਰੇ ਮੈਂ ਤਾਜ਼ਾ ਹੀ ਲੈਂਦਾ ਹੁਣ 2 ਕਿਲੋ ਆਟਾ ਲੈ ਕੇ ਆ। 2 ਕਿਲੋ ਆਟਾ? ਆ ਅੱਛਾ, ਆਟਾ ਵੀ ਤਾਜ਼ਾ? ਆਟਾ 2 ਕਿਲੋ ਲੈ ਕੇ ਆਇਆ ਹੁਣ। ਬਸ ਹੁਕਮਰਾਨ ਤੂੰ ਜਿਸੇ ਕੋ ਭੂਲ ਹੋਈ ਹੈ, ਇਹਦੀ ਨਾਲ ਹੀ ਗੁਜ਼ਾਰਾ ਕਰਾਂਗੇ ਹੁਣ, ਸਵੇਰੇ ਦਾ ਵੀ ਤੇ ਸ਼ਾਮ ਦਾ ਵੀ ਕਰਦੇ ਸੀ। ਭਾਈ ਜਾਨ ਮੈਂ ਬੜਾ ਪਰੇਸ਼ਾਨ ਆ ਬੇਟੀਆਂ ਦੇ ਬਾਰੇ ਚ, ਕਿਉਂ ਮੇਰਾ ਕੋਈ ਵਸੇਲ ਕੋ ਨਹੀਂ ਹੈਗਾ। ਬਸ ਮੇਰੀ ਪੂਰੀ ਜ਼ਿੰਦਗੀ ਗੁਜ਼ਰ ਗਈ, ਤਕਰੀਬਨ 30-35 ਸਾਲ ਹੋ ਗਏ ਨੇ ਮੈਨੂੰ। ਮੈਂ ਆਪਣੀ ਹੋਸ਼ ਸੰਭਾਲੀ ਸੀ, ਸਾਈਕਲ ਸੰਭਾਲਾ ਸੀ। ਸਾਹਮਣੇ ਕੌਣ ਚਾਚਾ ਜੀ ਤੁਰੇ ਆ ਰਹੇ ਆ ਇੰਨੀ ਗਰਮੀ ਦੇ ਅੰਦਰ? ਕਿਉਂ ਨਾ ਹੋਵੇ ਕਿ ਆਪਾਂ ਚਾਚਾ ਜੀ ਨੂੰ ਮਾੜਾ ਇਸ਼ਾਰਾ ਦੇਈਏ ਜੀ। ਅਸਲਾਮ ਅਲੈਕੁਮ, ਕੈਸੀ ਸਿਹਤ ਵੀ ਇਹਦੇ? ਅਸਲਾਮ ਅਲੈਕੁਮ, ਤੁਹਾਡੇ ਨਾਲ ਸਿਰਫ 1-2 ਮਿੰਟ ਗੱਲ ਕਰਨੀ ਹੈ। ਇੱਥੇ ਸਾਈਡ ਤੇ ਸਾਈਕਲ ਲਾਓਗੇ? ਇੱਧਰ ਸਾਈਡ ਤੇ ਨੂੰ ਲਾ ਲਓ। ਪਰੇਸ਼ਾਨ ਤੇ ਨਹੀਂ ਹੋਗੇ? ਨਹੀਂ ਪਰੇਸ਼ਾਨ ਨਹੀਂ ਹੋਏ। ਕੀ ਚੀਜ਼ ਆਹ ਇਹਦੇ ਵਿੱਚ ਵੇਚ ਰਹੇ ਹੋ? ਇੱਧਰ ਆ ਜਾਓ, ਤਸ਼ਰੀਫ ਲਿਆਓ ਭਾਵੇਂ ਜਾਂ ਤੁਸੀਂ ਇੱਥੇ ਨਾਲ ਸੌਦੇ ਸੁਦੇ ਰੱਖਿਆ? ਖਾਲੀ ਛਾਪਰ ਲਟਕਾਏ ਆ ਬਸ, ਇਹਦੀ ਪਾਪੜ ਸੀ, ਇੱਕ ਪੈਕਟ ਆ ਸੀ, ਇੱਕ ਪੈਕਟ ਲੈ ਕੇ ਆਏ ਆ। ਛੋਟੀਆਂ ਨੇ, ਇੱਕ ਮੁੰਡਾ ਉਹਨਾਂ ਤੋਂ ਵੱਡਾ ਹੈਗਾ। ਕਿੰਨੀ ਕੁ ਦੂਰ ਫਿਰ ਕੇ ਆਹ ਵੇਚ ਕੇ ਆਉਂਦੇ ਹੁੰਦੇ ਆ ਹੁਣ ਮੇਰਾ ਮਕਸਦ ਕੇ ਇਸ ਟਾਈਮ 5 ਵਜੇ ਖੜੇ ਆ ਤੇ ਮਗਰ ਘੰਟਾ ਰਹਿ ਗਿਆ, ਸਿਰਫ ਘੰਟਾ ਸਮਝ ਲਓ ਡੇਢ ਰਹਿ ਗਿਆ ਤੇ ਕੂਲਰ ਹਲੇ ਸਾਰੇ ਦਾ ਸਾਰਾ ਭਰਿਆ ਪਿਆ। ਇਹ ਕੀ ਗੱਲ ਹੈ? ਜੇ ਨਾ ਵਿਕਣ ਤੇ ਫਿਰ ਅਗਲੇ ਦਿਨ ਇਹਨੇ ਵੈਸੇ ਪਿਘਲ ਜਾਣਾ, ਇਹਦਾ ਫਿਰ ਕੀ ਹਿਸਾਬ ਹੁੰਦਾ ਜੀ? ਬਸ ਜਿਹੜੇ ਵਿਕ ਜਾਣਗੇ ਵਿਕ ਜਾਣਗੇ, ਜਿਹੜੇ ਬਚ ਜਾਣਗੇ ਫਿਰ ਕੱਲ ਨੂੰ ਬਰਫ ਪਾਵਾਂਗੇ ਦੇ ਵਿੱਚ ਨਵੇਂ ਹੋਰ ਬਣਾਵਾਂਗੇ। ਕਿਹਦੇ ਵਾਸਤੇ ਕਮਾਉਂਦੇ ਆ ਇਹ ਚੀਜ਼ਾਂ? ਇਹਨਾਂ ਨੇ ਧੁੱਪ ਦੇ ਅੰਦਰ ਸੜ ਕੇ ਕਿਹਦੇ ਵਾਸਤੇ ਕਮਾਉਂਦੇ ਆ ਵੀਰੇ? ਛੋਟੇ ਛੋਟੇ ਬੱਚੇ ਹੈਗੇ ਵਾ, ਬੱਚੇ ਛੋਟੇ ਛੋਟੇ, ਹਾਂ ਵੱਡੀਆਂ ਵੱਡੀਆਂ ਕੁੜੀਆਂ ਹੈਗੀਆਂ। ਮੋਬੀਨ ਭਾਈ ਜੇ ਬੇਟੇ ਬੜੇ ਹੁੰਦੇ ਨਾ, ਚਲੋ ਕਿ ਥੋੜਾ ਜਿਹਾ ਵਾਲਦ ਦਾ ਸਹਾਰਾ ਪਾ ਦਿੰਦੇ, ਲੇਕਿਨ ਉਹ ਕੁਦਰਤੀ ਯਾਨੀ ਕਿ ਅੱਲਾ ਪਾਕ ਦੀ ਦੇਣ ਆ, ਘਰ ਬੱਚੀਆਂ ਬੜੀਆਂ। ਘਰ ਘਰ ਸਾਡਾ ਇੱਕ ਕਮਰਾ ਹੈਗਾ ਵਾ, ਇੱਕ ਨਾਲ ਛੋਟਾ ਜਿਹਾ ਕਮਰਾ ਹੈਗਾ ਵਾ, ਤੇ 4 ਮਿਲੇ ਸਾਡੇ ਕੋਲ ਜ਼ਮੀਨ ਹੈਗੀ ਵਾ, ਕੋਈ ਬਰਾਂਡਾ ਕੋਈ ਨਹੀਂ, ਕੋਈ ਦਰਖਤ ਕੋਈ ਨਹੀਂ ਘਰ ਵਿੱਚ, ਤੇ ਐਂ ਬਸ ਇੱਟਾਂ ਹੀ ਖੜੀਆਂ ਕੀਤੀਆਂ ਹੋਈਆਂ ਨੇ, ਨਾ ਕੋਈ ਪਲਸਤਰ ਹੈ ਨਾ ਕੋਈ ਫਰਸ਼ ਹੈ। ਕੰਮ ਕਰਦੇ ਆ ਤੁਸੀਂ ਇਹ ਸਾਈਕਲ ਦੇ ਉੱਪਰ? ਵੀਰੇ ਮੈਨੂੰ ਤਕਰੀਬਨ ਹੋ ਗਏ ਨੇ, ਬਸ ਮੇਰੀ ਪੂਰੀ ਜ਼ਿੰਦਗੀ ਗੁਜ਼ਰ ਗਈ, ਤਕਰੀਬਨ 30-35 ਸਾਲ ਹੋ ਗਏ ਨੇ ਮੈਨੂੰ। ਮੈਂ ਆਪਣੀ ਹੋਸ਼ ਸੰਭਾਲੀ ਸੀ, ਸਾਈਕਲ ਸੰਭਾਲਾ ਸੀ। ਤੇ ਰਸਤੇ ਅੰਦਰ ਕਿੰਨਾ ਕੁ ਪੁਰਾਣਾ ਵਾ?
ਸਾਈਕਲ ਤੇ ਮੈਨੂੰ ਹੋ ਗਏ ਨੇ ਹੁਣ 4 ਸਾਲ ਪਹਿਲੇ ਕਾਲਾ ਸਾਈਕਲ ਸੀ। ਸਾਈਕਲ ਨੇ ਰਸਤੇ ਅੰਦਰ ਕਦੀ ਪਰੇਸ਼ਾਨ ਵੀ ਕੀਤਾ ਜੀ? ਹਾਂ, ਬਹੁਤ ਹੀ ਪਰੇਸ਼ਾਨੀ ਹੋ ਜਾਂਦੀ ਆ ਜਦੋਂ ਅੱਲਾ ਮਾਫ ਕਰੇ, ਚੈਨ ਟੁੱਟ ਜਾਂਦੀ। ਯਾਨੀ ਕਿ ਹੁਣ ਦੇਖੋ ਨਾ, ਇਹ ਹੁਣ ਦੇ ਤਾਰੇ ਟੁੱਟੀਆਂ ਨੇ 3-4। ਤੁਸੀਂ ਆਵਾਜ਼ ਲਾ ਕੇ ਵੇਚ ਦਿੰਦੇ ਆ? ਆਵਾਜ਼ ਲਾ ਦਿੰਦੇ? ਅੱਗੇ ਆਵਾਜ਼ ਲਾਉਂਦੇ ਸੀ। ਸਹੀ, ਕਿਵੇਂ ਦੇ ਲਾਉਂਦੇ ਹੁੰਦੇ ਸੀ ਬਈ? ਤੋਹਫੇ, ਪਾਪੜ, ਨਿਮਕੋ, ਟਾਫੀਆਂ, ਗੱਜਾ। ਮੈਨੂੰ ਚਾਚੇ ਜੀ ਦੇ ਸਾਦੀ ਤੇ ਅਹਿਸਾਸ ਹੋ ਰਿਹਾ, ਇੱਕ ਦਿਲ ਨਾ ਥੋੜਾ ਕਿਫੀਅਤ ਹੋਰ ਹੋ ਰਹੀ ਹੈ। ਦੇਖੋ ਨਾ, ਅਖਲਾਕ ਵੀ ਕਿੰਨਾ ਅੱਛਾ ਬੋਲਣ ਦਾ। ਅੱਜ ਜਿਹੜੀ ਟੋਪੀ ਰੱਖੀ ਹੋ, ਕਿਆ ਕੋਈ ਮੌਲਵੀ ਵੀ ਉਹ ਹਾਫਿਜ਼ ਹੈ ਜਾਂ ਕੀ? ਵੈਸੇ ਇੱਕ ਦੀਨ ਨਾਲ ਮੁਹੱਬਤ ਵਾਸਤੇ? ਨਹੀਂ, ਦੀਨ ਨਾਲ ਮੈਨੂੰ ਬੜੀ ਮੁਹੱਬਤ ਹੈ। ਅਸੀਂ ਜਮਾਤ ਤੇ ਜਾਂਦੇ ਹਾਂ। ਗੱਡੀ ਜੀ ਨੇ ਵੀ ਟੋਪੀ ਨਹੀਂ ਪਈ ਉੱਥੇ? ਵਕਤ ਲਾਇਆ ਜਮਾਤ ਤੇ ਅਸੀਂ। ਕਿਹੜੀ ਜਮਾਤ? ਇਹ ਤਬਲੀਗ ਵਾਲੇ ਦੇ ਨਾਲ। ਅੱਛਾ, ਤਬਲੀਗੀ ਜਮਾਤ ਵਾਲੇ। ਤਬਲੀਗ ਵਾਲੇ ਨਾਲ, ਮਾਸ਼ਾਅੱਲਾ। ਚਾਚਾ ਜੀ, ਇਹ ਦੱਸੋ ਆਪਣਾ ਰਾਸ਼ਨ ਪਾਣੀ ਜਿਹੜਾ ਹੁੰਦਾ ਵਾ, ਇਹ ਮਹੀਨੇ ਦਾ ਮਹੀਨੇ ਲੈਂਦੇ ਹੁੰਦੇ ਜਾਂ ਵੇਚ ਕੇ ਜਾ ਕੇ ਲੈਂਦੇ ਹੁੰਦੇ ਆ? ਵੀਰੇ, ਮੈਂ ਤਾਜ਼ਾ ਹੀ ਲੈਂਦਾ। ਹੁਣ 2 ਕਿਲੋ ਆਟਾ ਲੈ ਕੇ ਆ। 2 ਕਿਲੋ ਆਟਾ? ਅੱਛਾ, ਆਟਾ ਵੀ ਤਾਜ਼ਾ? ਆਟਾ ਆਟਾ 2 ਕਿਲੋ ਲੈ ਕੇ ਆਇਆ। ਸਹੀ, ਬਸ ਤੇ ਹੁਕਮਰਾਨ ਤੂੰ ਜਿਸੇ ਕੋਲ ਹੋਈ ਹੈ ਇਹਦੀ ਨਾਲ ਹੀ ਗੁਜ਼ਾਰਾ ਕਰਾਂਗੇ ਹੁਣ, ਸਵੇਰੇ ਦਾ ਵੀ ਤੇ ਸ਼ਾਮ ਦਾ ਵੀ। ਕੁਛ ਇਹ ਹੈਗਾ, 1 ਕਿਲੋ ਹੋਰ ਲਵਾਂਗੇ। ਬਾਕੀ ਦੀ ਬਾਤ ਕਰਨਾ ਹੈ। ਦੇਖ ਲਓ ਜੀ, 35 ਸਾਲ ਹੋ ਗਏ ਚਾਚਾ ਜੀ ਨੂੰ ਕੰਮ ਕਰਦੇ ਹੋਏ, ਤੇ 35 ਸਾਲ ਦੇ ਅੰਦਰ ਆਪਣਾ ਤਾਜ਼ਾ 35 ਸਾਲ ਦੇ ਤੇ ਸਿਸਟਮ ਆਟਾ ਜਿਹੜਾ ਲੈ ਆ ਵੀਰੇ, ਮੇਰਾ ਕੰਮ ਹੀ ਹੋਈ ਹੈ, ਹੋਰ ਕੋਈ ਕੰਮ ਨਹੀਂ। ਤੁਸੀਂ ਦੁਆ ਫਰਮਾਓ ਅੱਲਾਹ ਤਾਲਾ ਥੋੜਾ ਕੰਮ ਬੜਾਏ ਜੇ, ਭਈ ਹੁਣ ਵੀ ਇਹਨਾਂ ਦੀ ਕੁਛ ਨਾ ਕੁਛ ਖਿਦਮਤ ਇਹਨਾਂ ਦੇ ਕੀ ਪੇਸ਼ ਕਰੋ। ਅੱਜ ਨਾ 2 ਕਿਲੋ ਨਹੀਂ ਬਲਕਿ 20 ਕਿਲੋ ਦੀ ਥੈਲੀ ਲੈ ਜਾਣੀ। ਗਿਣ ਕੇ ਦੱਸੋ ਤਾਂ ਕਿੰਨੇ ਪੈਸੇ ਨੇ? ਬੜੀ ਮਿਹਰਬਾਨੀ ਭਾਜਾ, ਕਿੰਨੇ ਪੈਸੇ? 1, 2, 3, 4 4000 40 ਕਿਲੋ ਆ ਜਾਣਾ ਇਨਸ਼ਾਅੱਲਾ ਜੇ, ਭਈ ਇਨਸ਼ਾਅੱਲਾ ਵਾਫਰਦਾ। ਤੇ ਨਾਲ ਆਪਣਾ ਹੋਰ ਵੀ ਜੋ ਵੀ ਇਨਸ਼ਾਅੱਲਾ ਜ਼ਰੂਰੀਅਤ ਪੂਰੀ ਕਰੋ। ਦੁਆ ਕਰੋ ਕਿ ਜੋ ਵੀ ਤੁਹਾਡੀ ਪਰੇਸ਼ਾਨੀ ਆ ਅੱਲਾਹ ਪਾਕ ਦੂਰ ਫਰਮਾਏ। ਬੇਟੀਆਂ ਦੇ ਹਵਾਲੇ ਨਾਲ ਕਿਉਂ ਪਰੇਸ਼ਾਨ ਸੀ ਕਿ ਬੜਾ ਇਸਰਾਰ ਕਰਦੇ ਸੀ? ਭਾਈ ਜਾਨ, ਮੈਂ ਬੜਾ ਪਰੇਸ਼ਾਨ ਆ ਬੇਟੀਆਂ ਦੇ ਬਾਰੇ ਹੀ। ਸਹੀ, ਕਿਉਂ ਮੇਰਾ ਕੋਈ ਵਸੇਲ ਕੋ ਨਹੀਂ ਹੈਗਾ। ਅੱਛਾ, ਹੈ ਤੇ ਬੇਟੀਆਂ ਮੈਂ ਦਿੱਤੀਆਂ ਨਹੀਂ ਉੱਥੇ ਲਾਹੌਰ। ਸਹੀ, ਉਹਨਾਂ ਨੇ ਭਾਈ ਫੇਰੂ ਅੱਡਾ ਹੈਗਾ ਨਾ। ਹਾਂਜੀ ਹਾਂਜੀ, ਹਾਂ ਉੱਥੇ ਨਾਲ ਹੈ ਨਾ ਪਿੰਡ ਹੈਗਾ ਬੱਲੋ ਕੀ। ਸਹੀ, ਉੱਥੇ ਮੇਰੀ ਹੈ ਨਾ ਹਮਸ਼ੀਰ ਹੈਗੀ ਛੋਟੀ ਛੋਟੀ। ਸਹੀ, ਉਹਨੂੰ ਦਿੱਤੀਆਂ ਨੇ ਦੋ ਧੀਆਂ ਉੱਥੇ ਜੀ। ਸਹੀ, ਤੇ ਹੁਣ ਉਹਨਾਂ ਦੀ ਸ਼ਾਦੀ ਦੀ ਪਰੇਸ਼ਾਨੀ ਹੈ, ਰਿਸ਼ਤਾ ਤੋਂ ਕਰ ਲਿਆ। ਹੁਣ ਮੇਰੇ ਘਰ ਵਾਲੀ ਰੋਜ਼ ਕਹਿੰਦੀ ਹੈ, ਭਗਵਾਨ ਕੋਈ ਘਰ ਦਿੱਤਾ ਕਰ ਪੈਸੇ, ਬਈ ਇਕੱਠਾ ਕਰੀਏ ਕੋਈ ਇਹਨਾਂ ਨੂੰ ਦਈਏ। ਮੈਂ ਕਿਹਾ ਹੁਣ ਘਰ ਵਾਲੀ, ਹੁਣ ਮੈਂ ਤੈਨੂੰ ਕੀ ਦੱਸਾਂ, ਹੁਣ ਦਿਹਾੜੀ ਜੋ ਹੀ 250-300-400 ਕਮਾਉਂਦੇ ਆ, ਉਹੀ ਤਾਜ਼ਾ ਖਰਚਾ ਹੋ ਜਾਂਦਾ ਸ਼ਾਮੀ। ਮੈਂ ਕਿਹਾ ਹੁਣ ਕਿੱਥੋਂ ਕਰੀਏ ਹੁਣ? ਮੈਂ ਕਿਹਾ ਹੁਣ ਬਸ ਪਰੇਸ਼ਾਨੀ ਹੋਈ ਨਾ, ਹੁਣ ਕੁੜੀਆਂ ਜੋ ਆਉਂਦੇ ਮਾਸ਼ਾਅੱਲਾ। ਅਸੀਂ ਤੁਹਾਡਾ ਫੋਨ ਨੰਬਰ ਲਾਵਾਂਗੇ, ਅੱਲਾਹ ਪਾਕ ਨੇ ਜਦੋਂ ਸਾਡੇ ਤੇ ਰਹਿਮਤ ਫਰਮਾਈ, ਜੇ ਭਈ ਅੱਲਾਹ ਪਾਕ ਰਹਿਮਤ ਫਰਮਾਓਗੇ ਭਾਈਆਂ ਦੀ ਬੇਟੀਆਂ ਦੇ ਹਵਾਲੇ ਨੇ, ਜੇ ਜੋ ਵੀ ਇਹਨਾਂ ਦੇ ਮੁਕੱਦਰ ਨਸੀਬਾਂ ਦਾ ਹੋਇਆ ਇਨਸ਼ਾਅੱਲਾ ਇਹਨਾਂ ਤੱਕ ਪਹੁੰਚਾ ਕੇ ਛੱਡਾਂਗੇ। ਅੱਛਾ ਭਈਆ ਨੇ, ਜਿਹੜਾ ਮਾਸ਼ਾਅੱਲਾ 4000 ਰੁਪਈਆ ਨਾ ਸਰ, ਇਜਾਜ਼ ਅਸ਼ਰਫ ਐਂਡ ਫੈਮਿਲੀ ਦੀ ਤਰਫੋਂ ਤੁਹਾਨੂੰ ਦਿੱਤਾ ਗਿਆ, ਉਹਨਾਂ ਵਾਸਤੇ ਖਸੂਸੀ ਦੁਆ ਕਰੋ ਸਰ। ਇਜਾਜ਼ ਸਾਹਿਬ, ਇਜਾਜ਼ ਸਾਹਿਬ ਜੀ, ਇਜਾਜ਼ ਸਾਹਿਬ ਵਾਸਤੇ ਫਿਰ ਮਾਸ਼ਾਅੱਲਾ ਦੁਆ ਮੰਗੋ ਅੱਲਾ ਕੋ। ਕਿੱਦਾਂ ਮੰਗੋਗੇ? ਇਨਸ਼ਾਅੱਲਾ ਦੁਆ ਮੰਗਦੇ। ਕਿੱਦਾਂ ਮੰਗੋਗੇ?
ਅੱਲਾ ਉਹਨਾਂ ਨੂੰ ਅੱਲਾ ਪਾਕ ਇਹਨਾਂ ਨੂੰ ਰੋਜ਼ੀ ਬਹੁਤ ਦੇਵੇ, ਆਮੀਨ। ਅੱਲਾ ਤੇ ਅੱਲਾ ਪਾਕ ਇਹਨਾਂ ਨੂੰ ਜਿਹੜਾ ਨਾ ਦੀਨ ਤੇ ਦੁਨੀਆ ਨਾਲ ਇਹਨਾਂ ਨੂੰ ਰਾਜ਼ੀ ਕਰ ਦੇਵੇ, ਅੱਲਾਹੁਮਾ। ਤੇ ਅੱਲਾ ਪੂਰੇ ਦੇ ਪੂਰਾ ਦੀਨ ਤੇ ਚਲਾਵੇ, ਆਮੀਨ। ਤੇ ਜਿਹੜਾ ਹੁਣ ਇਹ ਤੁਸੀਂ ਮਸਜਿਦ ਇੱਥੇ ਬਣਾਉਂਦੇ ਪਏ ਹੋ ਜੀ, ਮੈਂ ਵੇਖਿਆ ਸੀ, ਮੈਂ ਅੱਗੇ ਗਿਆ ਸੀ ਉਧਰ ਮਸਜਿਦ ਵੱਲ, ਸਹੀ। ਮੈਂ ਉੱਥੇ ਨਾ ਦੋ ਤਿੰਨ ਦਿਨਾਂ ਬਾਅਦ ਜਾਂਦੇ ਹਾਂ, ਸਹੀ। ਤੇ ਉੱਥੇ ਮਸਜਿਦ ਤੇ ਗਿਆ ਸੀ ਤੇ ਮੈਂ ਪੁੱਛਿਆ ਸੀ ਵੀ ਇਹ ਭਾਈ ਜਾਨ ਕੌਣ ਬਣਵਾ ਰਹੇ ਨੇ, ਇਹ ਕਹਿੰਦੇ ਨੇ ਭਾਈ ਜਾਨ ਆਉਂਦੇ ਨੇ ਤੇ ਉਹ ਬਣਵਾ ਰਹੇ ਪਏ ਨੇ ਮਸਜਿਦ, ਅੱਲਾ ਪਾਕ ਬਸ ਬਣਵਾਉਂਦੇ। ਤੇ ਫਿਰ ਮੈਂ ਦਿਲੇ ਸੋਚਿਆ ਮੈਂ ਗੱਲ ਪੱਕ ਦੇ ਸਾਡਾ ਉਹਦੇ ਟਕਰਾ ਕਰਾਵੇ ਜੀ, ਤੇ ਵੀ ਮੈਂ ਵੀ ਥੋੜੀ ਪਰੇਸ਼ਾਨੀ ਹੈ ਆਪਣੀ ਉਹਨੂੰ ਆਖਾਂਗਾ ਭਾਈ ਜਾਨ ਨੂੰ, ਅੱਲਾ ਪਾਕ ਚਲੋ ਵੀ ਅੱਲਾ ਪਾਕ ਉਹਨਾਂ ਨੂੰ ਅਜ਼ਰ ਅਜ਼ੀਮ ਅਦਾ ਫਰਮਾਵੇ। ਇੱਕ ਤਾਂ ਰੋਜ਼ਗਾਰ ਅੱਲਾ ਪਾਕ ਬੜਾ ਹਾ, ਦੂਸਰੀ ਪਰੇਸ਼ਾਨੀ ਹੈ ਕਿ ਬੇਟੀਆਂ ਨੂੰ ਕੁਛ ਨਾ ਕੁਛ ਦੇ ਕੇ ਉਹਨਾਂ ਦੇ ਆਪਣੇ ਘਰਾਂ 'ਚ ਰੁਖਸਤੀ ਕਰਨੀ ਹੈ। ਹਾਂਜੀ ਹਾਂ, ਲੇਕਿਨ ਨੋਈ ਮੁਬੀਨ ਭਾਈ ਸਾਡੇ ਭਾਈ ਤੇ ਰਹਿਮ ਜਿਹੜਾ 4000 ਰੁਪਏ ਦਿੱਤਾ ਸਾਰੇ ਇਜਾਜ਼ ਅਸ਼ਰਫ ਐਂਡ ਫੈਮਿਲੀ ਦੀ ਤਰਫੋਂ, ਅੱਲਾ ਪਾਕ ਤੁਹਾਨੂੰ ਬਤਾ ਦੇਊਗਾ, ਜਿਹੜਾ 4000 ਰੁਪਏ ਦਿੱਤਾ ਗਿਆ ਸਾਰੇ ਇਜਾਜ਼ ਅਸ਼ਰਫ ਐਂਡ ਫੈਮਿਲੀ ਦੀ ਤਰਫੋਂ ਦਿੱਤਾ ਗਿਆ, ਦਿਲੀ ਦੁਆ ਕਿ ਅੱਲਾ ਤਾਲਾ ਸਾਰੇ ਇਜਾਜ਼ ਅਸ਼ਰਫ ਨੂੰ ਬਿਲਖਸੂਸ ਸਿਹਤ ਸਲਾਮਤੀ ਵਾਲੀ ਲੰਬੀ ਜ਼ਿੰਦਗੀ ਤਾ ਫਰਮਾਏ। ਅੱਲਾ ਤਾਲਾ ਜੋ ਵੀ ਉਹਨਾਂ ਦੀਆਂ ਪਰੇਸ਼ਾਨੀਆਂ ਅੱਲਾ ਤਾਲਾ ਖੁਸ਼ੀਆਂ ਦੇ ਅੰਦਰ ਬਦਲੇ, ਔਰ ਮੇਰੇ ਮੌਲਾ ਉਹਨਾਂ ਦੀ ਜੋ ਵੀ ਬੱਚੇ ਨੇ ਅੱਲਾ ਉਹਨਾਂ ਨੂੰ ਵੀ ਦੀਨੇ ਇਸਲਾਮ ਦੇ ਪਰ ਚੜ ਕੇ ਔਰ ਮਖਲੂਕੇ ਖੁਦਾ ਦੇ ਨਾਲ ਮੁਹੱਬਤ ਜ਼ਿਆਦਾ ਤੋਂ ਜ਼ਿਆਦਾ ਕਰਨ ਦੀ ਤੋਫੀਕ ਤਾ ਫਰਮਾਏ। ਲੋਈ ਭਾਈਆਂ ਬਹੁਤ ਬਹੁਤ ਸ਼ੁਕਰੀਆ, ਜ਼ਿੰਦਗੀ ਦੇ ਇਨਸ਼ਾ ਅੱਲਾ ਦੀ ਤਲਾਸ਼ ਅੰਦਰ ਰੱਬੁਲ ਆਲਮੀਨ ਤੁਹਾਨੂੰ ਬਹੁਤਾ ਰਿਜ਼ਕ ਦੇ। ਅਸਲਾਮ ਅਲੈਕੁਮ, ਅਸਲਾਮ ਅਲੈਕੁਮ, ਵਾਲੇਕੁਮ ਅਸਲਾਮ, ਅੱਲਾ ਹਾਫਿਜ਼।